ਚੜਾਈ ਵੇਲੇ ਅੱਗੇ ਹੋ ਜਾਣਾ ਤੇ ਉਤਰਾਈ ਵੇਲੇ ਪੁੱਠਾ ਹੋ ਜਾਣਾ। ਹੈਲੋ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ ਜੀ? ਜਿਵੇਂ ਤੁਸੀਂ ਰਾਤ ਵੇਖਿਆ, ਸਾਡੇ ਜਿਵੇਂ ਬਾਈਕ ਪੈਂਚਰ ਹੋ ਗਏ ਸੀ ਅਤੇ ਅਸੀਂ ਜਾਣਾ ਸੀ ਸ਼੍ਰੀਨਗਰ, ਸਾਡੇ ਕੋਲੋਂ ਸ਼੍ਰੀਨਗਰ ਪਹੁੰਚਿਆ ਨਹੀਂ ਗਿਆ। ਹੁਣ ਅਸੀਂ ਫਿਰ ਰਾਤੀ ਸਟੇਅ ਕੀਤਾ ਸੋਨਮਾਰਕ ਦੇ ਵਿੱਚ, ਉੱਥੋਂ ਦਿਖਾਉਣਾ ਉੱਥੋਂ ਦਾ ਰੂਮ, ਜਿਹੜਾ ਉੱਥੋਂ ਦਾ ਵਿਊ, ਉਹ ਕੀ ਹਿਸਾਬ ਕਿਤਾਬ ਦਾ। ਆਹ ਜਿਹੜਾ ਤੁਸੀਂ ਵਿਊ ਵੇਖ ਰਹੇ ਹੋ, ਇਹ ਹੈਗਾ ਸੋਨਮਾਰਕ ਦਾ। ਇਹ ਇੱਥੋਂ ਦਾ ਵਿਊ ਹੈ, ਵੈਸੇ ਤਾਂ ਬਹੁਤ ਹੀ ਜ਼ਬਰਦਸਤ ਆ। ਇਹਦੇ ਨੇ ਰੂਮ ਬਣੇ ਹੋਏ ਆ, ਇਹ ਯਾਤਰੀ ਨਿਵਾਸ ਇੱਥੋਂ ਦੀ ਇੱਕ ਮੇਨ ਜਗ੍ਹਾ ਹੈਗੀ ਆ, ਗੌਰਮੈਂਟ ਦੀ ਜਗ੍ਹਾ ਬਣੀ ਆ। ਆਹ ਦੇਖੋ, ਇੱਥੇ ਰੂਮ ਬਹੁਤ ਜ਼ਿਆਦਾ ਪੜਤੇ 'ਚ ਮਿਲਦਾ ਨਾ। ਰੂਮ ਤੁਹਾਨੂੰ ਦਿਖਾਉਣਾ, ਰੂਮ ਵੇਖ ਕੇ ਵੀ ਤੁਸੀਂ ਹਿੱਲ ਜਾਓਗੇ, ਜਿਵੇਂ 5-star ਹੋਟਲ ਦੇ ਰੂਮ ਹੁੰਦੇ ਆ ਉਹ ਚੀਜ਼ ਬਣੀ ਹੋਈ ਆ। ਆਹ ਵਿੱਚ ਹੀ ਦਿੱਤਾ ਉਹਨਾਂ ਨੇ। ਤਾਂ ਇਸ ਤਰ੍ਹਾਂ ਕਰਕੇ ਰੂਮ ਬਣਿਆ ਹੋਇਆ, ਕਾਰਪਟ ਲੱਗੇ ਆ, ਸਾਰਾ ਵੁਡਨ ਵਰਕ ਜਿਵੇਂ ਹੋਇਆ ਪਿਆ, ਮਤਲਬ ਬਹੁਤ ਹੀ ਕਲਾਸੀ ਰੂਮ ਸੀਗਾ, ਕੋਈ ਦਿੱਕਤ ਵਾਲੀ ਗੱਲ ਨਹੀਂ ਸੀਗੀ। ਅਤੇ ਸਾਨੂੰ ਮਿਲਿਆ ਰੂਮ ਜਿਹੜਾ, ਇਹ ਸਾਨੂੰ ਮਿਲਿਆ 1500 ਰੁਪਏ ਦੇ ਵਿੱਚ ਰੂਮ ਮਿਲਿਆ, ਅਤੇ 750 ਪਿਆ ਸਾਨੂੰ। ਅਤੇ ਜਿਹੜੇ ਹਿਸਾਬ ਨਾਲ ਜਗ੍ਹਾ ਸੀ, ਹੈਂ, ਖਾਣਾ ਪੀਣਾ ਵੀ ਬਹੁਤ ਜ਼ਬਰਦਸਤ ਸੀਗਾ, ਕੋਈ ਇਹ ਨਹੀਂ ਮਹਿੰਗਾ ਪ੍ਰਾਈਸ ਆ, ਜਮਾਂ ਜੈਨੂਨ ਜਿਹਾ ਕੰਮ ਆ। ਅਤੇ ਤੁਹਾਨੂੰ ਬਾਹਰ ਵੀ ਦਿਖਾਉਣਾ ਰੂਮ ਦੀ ਕੀ ਹਾਲ ਆ, ਕੀ ਸਾਰੇ ਜਿਵੇਂ ਮੰਨ ਲਓ ਜਿੱਥੇ ਆਪਾਂ ਤੋਰਾ ਫੇਰਾ ਵੀ ਕਰਦੇ ਨਾ, ਆਮ ਤੁਸੀਂ ਵੇਖਿਆ ਹੋਟਲਾਂ ਦੇ ਵਿੱਚ ਪੱਥਰ ਲੱਗਿਆ ਹੋਇਆ ਹੁੰਦਾ, ਇਹਦੇ ਸਾਰੇ ਵਿੱਚ ਹੀ ਕਾਰਪੇਟ ਲੱਗਿਆ ਹੋਇਆ। ਤੁਹਾਨੂੰ ਦਿਖਾਉਣਾ, ਆ ਜਾਓ ਰੂਮ 'ਚੋਂ ਨਿਕਲ ਸਰ, ਦੇਖੋ ਤੁਹਾਨੂੰ ਦਿਖਾਉਣਾ, ਇਸ ਤਰ੍ਹਾਂ ਦਾ ਬਣਿਆ ਹੋਇਆ, ਸਾਰੇ ਕਿਤੇ ਕਾਰਪੇਟ ਲੱਗਿਆ ਹੋਇਆ, ਬਹੁਤ ਹੀ ਸਫਾਈ ਵਾਲਾ ਬਣਿਆ ਹੋਇਆ, ਮਤਲਬ ਜਿਵੇਂ 5-star ਵਾਲਾ ਕੰਮ ਹੁੰਦਾ ਉਹ ਹੀ ਸਿਸਟਮ ਹੀ ਆ। ਅਤੇ ਰਹਿਣ ਨੂੰ ਵੀ ਠੀਕ, ਪੜਤੇ ਵਾਲਾ ਕੰਮ ਆ। ਰਿਸੈਪਸ਼ਨ ਆ ਗਈ ਇਹਨਾਂ ਦੀ, ਬਹੁਤ ਹੀ ਵਧੀਆ ਬਣਿਆ ਹੋਇਆ। ਬਾਹਰੋਂ ਵੀ ਲੋਕੇਸ਼ਨ ਦਿਖਾਉਣਾ, ਆਪਣੇ ਬੁਲਟ ਖੜੇ ਆ। ਇੱਕ ਰੂਮ ਸਾਡਾ ਉਹ ਪਹਿਲੇ ਵਾਲਾ ਸੀਗਾ, ਕੀ ਕੀਤਾ ਵਾ, ਦਸ ਦਿਨਾਂ ਬਾਅਦ ਸਾਫ਼ ਕੀਤਾ, ਕਿ ਚਮਕੀ ਜਾਂਦਾ। ਇਹਦੀ ਬਾਹਰਲੀ ਲੋਕੇਸ਼ਨ, ਇੱਥੇ ਨੇੜੇ ATM ਵੀ ਹੈਗਾ ਉਸ ਆਪਣੇ JNK ਦਾ। ਅਤੇ ਇੱਕ ਰੂਮ ਸਾਡਾ ਕੋਰਨਰ ਵਾਲਾ ਸੀ, ਇੱਕ ਸਾਡਾ ਆਹ ਕੋਰਨਰ ਵਾਲਾ ਸੀ। ਲੋਕੇਸ਼ਨ ਬਹੁਤ ਵਧੀਆ ਸੀ, ਇੱਥੇ ਵਿਜ਼ਿਟ ਜ਼ਰੂਰ। ਅਸੀਂ ਹੁਣ ਚੱਲੇ ਹਾਂ ਜੀ ਜਿੱਥੇ ਬਜਰੰਗੀ ਬਾਈ ਜਾਨ ਅਤੇ ਕਈ ਫਿਲਮਾਂ ਦੀ ਸ਼ੂਟਿੰਗ ਹੋਈ ਆ, ਅਤੇ ਅਸੀਂ ਹੁਣ ਆਪਦੇ ਘੋੜੇ ਤਿਆਰ ਕਰ ਲਏ, ਘੋੜੇ ਕਾਹਦੇ ਸਾਲੇ ਖੱਚਰ ਕਦੇ ਜੇ ਆ, ਬਾਕੀ ਦੇਖੋ ਜਦੋਂ ਸੁਮਿਤ ਭਾਅ ਜੀ ਉੱਥੇ ਬੈਠਣਗੇ, ਘੋੜੇ ਦੀ ਜਾਨ ਨਿਕਲਦੀ ਹੈ ਕਿ ਨਹੀਂ ਕੰਮ ਖਤਰਨਾਕ ਹੈ। ਇੱਕ ਮਿੰਟ ਖੜ ਜੀ, ਇੱਕ ਮਿੰਟ ਖੜ ਜੀ, ਮੈਨੂੰ ਟੋਪੀ ਪਾ ਲੈਂਦੇ। ਯਾਰ ਮੈਨੂੰ ਤਾਂ ਡਰ ਹੀ ਬੜਾ ਲੱਗੀ ਜਾਂਦਾ। ਸਹੀ ਗੱਲ ਆ, ਆ ਜੀ ਇੱਥੋਂ ਦਾ ਨਜ਼ਾਰਾ ਦੇਖੋ ਜਿਹੜਾ ਅਸੀਂ ਵੇਖ ਰਹੇ ਹਾਂ। ਪਾਂਡੇ ਕਾ ਘੋੜਾ ਸਭ ਤੋਂ ਆਗੇ, ਬਾਕੀ ਜਾ ਕੇ ਵੇਖਦੇ ਅੱਗੇ ਕੀ ਕੀ ਵਿਊ ਦੇਖਦੇ, ਨਾਲ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ। ਖੱਚਰ ਵਾਲਾ ਐਕਸਪੀਰੀਅੰਸ ਬਹੁਤ ਵਧੀਆ ਸਾਡਾ, ਡਰ ਲੱਗੀ ਜਾਂਦਾ ਪਤਾ ਨਹੀਂ ਥੱਲੇ ਨਾ ਡਿੱਗ ਪਈ। ਆ ਇਹਦਾ ਡਰਾਈਵਰ, ਪੰਡ ਵੀ ਫੜ ਰਹੀ ਆ, ਉਹ ਬੈਲੈਂਸ ਆਪਦਾ ਪੈਰ ਬਣਾਉਣਾ ਨਾ ਪਿੱਛੇ, ਫਿਰ ਨਹੀਂ ਕੁਛ ਹੁੰਦਾ।
ਚੈੱਕ ਜੀ ਹੋਰ ਚੱਕਰ ਨੂੰ ਮਿਲੀ, ਜਦੋਂ ਆਪਾਂ ਥੱਲੇ ਉਤਰਨਾ ਉਦੋਂ ਆਪਦਾ ਵੇਟ ਜਿਹੜਾ ਪਿੱਛੇ ਕਰ ਲੈਣਾ, ਅਤੇ ਜਦੋਂ ਉੱਪਰ ਚੜ੍ਹਨਾ ਉਦੋਂ ਆਪਦਾ ਵੇਟ ਆਪਾਂ ਅੱਗੇ ਕਰ ਲੈਣਾ। ਇੱਥੇ ਐਲਾਨੇ ਜੰਗ ਦੀ ਸ਼ੂਟਿੰਗ ਹੋਈ ਸੀ, ਉਹ ਪਿੱਛੇ ਜਿਹੜੀ ਜਗ੍ਹਾ ਬਣੀ ਹੋਈ ਹੈ। ਅੱਗੇ ਅੱਗੇ ਅਸੀਂ ਹੋਰ ਵੀ ਫਿਲਮਾਂ ਜਿੱਥੇ ਸ਼ੂਟਿੰਗ ਹੋਈ ਫਿਲਮਾਂ ਦੀ ਉਹ ਵੀ ਜਗ੍ਹਾ ਤੁਹਾਨੂੰ ਦਿਖਾਉਂਦੇ ਹਾਂ। ਅੱਗੇ ਜਾ ਕੇ ਵੇਖਦੇ ਹਾਂ ਕੀ ਦੇਖਦਾ ਆਪਾਂ ਨੂੰ। ਜੇ ਜੋਇਨ ਪਾੜੋ ਪਿਆ ਜੋ ਇਹ ਬਰਫ਼ ਉਤਾਰ ਹੈ, ਉਹ ਬਰਫ਼ ਕਹਿੰਦੇ ਹਜ਼ਾਰੋਂ ਸਾਲੋਂ ਸੇ ਵਹੀ ਹੈ, ਉਹ ਪਿਘਲਤੀ ਨਹੀਂ ਹੈ, ਕਿਉਂਕਿ ਹੋਰ ਆ ਜਾਂਦੀ ਹੈ, ਹੋਰ ਆ ਜਾਂਦੀ ਹੈ, ਕਦੀ ਪਿਘਲਤੀ ਨਹੀਂ ਹੈ। ਵੇ ਹਰੇਕ ਵਾਰੀ ਨਵੀਂ ਦੀ ਨਵੀਂ ਆ ਜਾਂਦੀ ਹੈ, ਆਉਂਦੀ ਹੈ ਫਿਰ ਆ ਜਾਂਦੀ ਹੈ, ਚਲੀ ਜਾਂਦੀ ਫਿਰ ਆ ਜਾਂਦੀ। ਚੜ੍ਹਾਈ ਵੇਲੇ ਅੱਗੇ ਹੋ ਜਾਣਾ ਅਤੇ ਉਤਰਾਈ ਵੇਲੇ ਪੁੱਠਾ ਹੋ ਜਾਣਾ। ਅਮਿਤਾਭ ਬੱਚਨ ਦੀ ਜਿਹੜੀ ਮੂਵੀ ਸੀਗੀ ਸੱਤ ਕੇ ਸੱਤਾ, ਉਹਦੀ ਸ਼ੂਟਿੰਗ ਇਸ ਜਗ੍ਹਾ 'ਤੇ ਹੋਈ ਹੈ, ਸੱਤੇ ਪੇ ਸੱਤਾ। ਪਾਂਡੇ ਪਾਂਡੇ ਵਾਲੇ ਤਾਂ ਸਹੀ ਨਹੀਂ ਚੱਲਦਾ ਪਿਆ ਘੋੜਾ। ਪੂਰਾ ਮਜ਼ੇ ਵਾਲਾ ਕੰਮ ਹੈ ਰਾਈਡਿੰਗ ਦਾ। ਭਰਾ ਬੈਲੈਂਸ ਅੱਗੇ ਬਣਾ ਕੇ ਰੱਖੀ, ਅੱਗੇ ਉਹ ਚੜ੍ਹਾਈ ਤੇ ਅੱਗੇ ਰੱਖਣਾ ਹੁੰਦਾ, ਚੜ੍ਹਾਈ ਵੇਲੇ ਅੱਗੇ ਤੇ ਉਤਰਾਈ ਵੇਲੇ ਪਿੱਛੇ। ਮੈਂ ਕਮਾਂਡਰ ਹਾਂ ਨਾ ਤੁਹਾਡਾ, ਆ ਜਾਓ। ਪੱਕੀ ਬਾਤ ਹੈ, ਰਾਮ ਤੇਰੀ ਗੰਗਾ ਵੈਲੀ ਦੀ ਜਿਹੜੀ ਸ਼ੂਟਿੰਗ ਹੋਈ ਸੀ ਇਸ ਜਗ੍ਹਾ 'ਤੇ ਹੋਈ ਸੀ, ਉਹ ਜਿਹੜੀ ਸਾਹਮਣੇ ਨਦੀ ਆ ਜਿੱਥੇ ਉਹ ਤੁਹਾਨੂੰ ਪਤਾ ਹੀ ਆ। ਉਹ ਪਾਂਡੇ ਕੁਛ ਨਹੀਂ ਹੁੰਦਾ, ਕਿਉਂ ਜਾਨ ਨਿਕਲਦੀ ਤੇਰੀ ਯਾਰ। ਲਈ ਜਾਂਦੇ ਘੋੜੇ ਦੇ ਨਜ਼ਾਰੇ ਬੈਠੇ ਆ ਜੀ, ਆਹ ਨਦੀ ਦਾ ਵੇਖੋ ਜਿਹੜੀ ਪਾਣੀ ਦੀ ਆਵਾਜ਼ ਆ, ਉਹ ਦਿਲ ਨੂੰ ਸਕੂਨ ਦਿੰਦੀ। ਇੱਥੇ ਕਿਹੜਾ ਸੀਨ ਸੀਗਾ, ਹਾਂ ਉਹ ਨਦੀ ਆ ਬਜਰੰਗੀ ਬਾਈ ਜਾਨ ਦੀ ਜਿਹੜੀ ਸ਼ੂਟਿੰਗ ਹੋਈ ਉਹ ਇਸ ਜਗ੍ਹਾ ਹੋਈ ਹੈ ਜੀ। ਹੋ ਸਕਦਾ, ਬਾਕੀ ਇੰਨਾ ਹਜੇ ਮੈਨੂੰ ਵੀ ਕਲੀਅਰ ਨਹੀਂ ਹੈਗਾ। ਆਹ ਜਿਹੜੇ ਸਾਰੇ ਮੇਰੇ ਨਾਲ ਆਈ ਜਾਂਦੇ ਵੇਖੋ, ਬਜਰੰਗੀ ਭਾਈ ਜਾਨ ਦੀ ਸ਼ੂਟਿੰਗ ਵਾਲੀ ਜਗ੍ਹਾ ਵੇਖਣ। ਹੁਣ ਚੱਲੇ ਹਾਂ ਜੀ ਪਾਣੀ ਦੇ ਵਿੱਚ, ਉਹ ਮੇਰੇ ਬੂਟ ਕਿੱਲੇ ਹੋ ਗਏ ਪਾਣੀ ਵਿੱਚ, ਘੋੜੇ ਜਾਣ ਦਾ ਵੱਖਰਾ ਹੀ ਮਜ਼ਾ। ਪਾਣੀ ਵਿੱਚ ਦੀ ਮਜ਼ਾ ਆ ਕੇ ਜਾਣ, ਪਾਣੀ ਬਹੁਤ ਜ਼ਿਆਦਾ ਠੰਡਾ ਸੀ, ਜਿਹੜੇ ਬੂਟ ਵੀ ਗਿੱਲੇ ਹੋ ਗਏ, ਪਤਾ ਲੱਗਦਾ ਪੈਰਾਂ ਨੂੰ ਵੀ ਕਿੰਨਾ ਠੰਡਾ ਪਾਣੀ ਸੀ। ਸਹੀ ਆ, ਘੋੜੇ ਵਾਕਈ ਬਹੁਤ ਆਉਂਦੇ, ਰਸ਼ ਹੋਈ ਜਾਂਦਾ ਕਿਤੇ।
ਹੁਣ ਅਸੀਂ ਇੱਥੇ ਰੁਕੇ ਹਾਂ 10 ਮਿੰਟ ਅਤੇ ਇੱਥੋਂ ਹੁਣ ਮੈਗੀ ਮੁਗੀ ਬਣਾ ਕੇ ਖਾਂਦੇ ਹਾਂ ਜਾਂ ਪਾਣੀ ਵਿੱਚ ਲੱਤਾਂ ਲੁੱਤਾਂ ਰੱਖ ਕੇ ਬਹਿੰਦੇ ਹਾਂ ਵੇਖਦੇ ਕੀ ਮਾਹੌਲ ਹੋਊਗਾ ਇੱਥੋਂ ਦਾ ਬਰਫ਼ ਤਾਂ ਅਸੀਂ ਇੰਨੀ ਦੇਖ ਆਏ ਨਾ ਬਾਈ ਮਹਿੰਗੇ ਪੈਰੀ ਅੰਦਰ ਬੈਠੇ ਬਹੁਤ ਜ਼ਿਆਦਾ 12 ਲੱਖ ਤੁਸੀਂ ਵੇਖੀ ਹੋਊਗੀ ਉਹ ਬਰਫ਼ ਹੁਣ ਅਸੀਂ ਬੈਠੇ ਹਾਂ ਅਸੀਂ ਨਦੀ ਦੇ ਨਜ਼ਾਰੇ ਲੈਣ ਲਈ ਆ ਪਾਣੀ ਬਹੁਤ ਜ਼ਿਆਦਾ ਠੰਡਾ ਇੱਥੋਂ ਦਾ ਪੈਰ ਵਿੱਚ ਰੱਖਦੇ ਪੈਰ ਵਿੱਚ ਸੁੰਨ ਹੋ ਜਾਂਦਾ ਜਦੋਂ ਪੈਰ ਵਿੱਚ ਰੱਖਦੇ ਬਹੁਤ ਵਧੀਆ ਵਾਲਾ ਕੰਮ ਹੈ ਇੱਥੇ ਹੁਣ ਅਸੀਂ ਬੈਠੇ ਹਾਂ ਅਸੀਂ ਨਦੀ ਦੇ ਨਜ਼ਾਰੇ ਲੈਣ ਲਈ ਆ ਪਾਣੀ ਬਹੁਤ ਜ਼ਿਆਦਾ ਠੰਡਾ ਇੱਥੋਂ ਦਾ ਪੈਰ ਵਿੱਚ ਰੱਖਦੇ ਪੈਰ ਵਿੱਚ ਸੁੰਨ ਹੋ ਜਾਂਦਾ ਜਦੋਂ ਪੈਰ ਵਿੱਚ ਰੱਖਦੇ ਬਹੁਤ ਵਧੀਆ ਵਾਲਾ ਕੰਮ ਹੈ ਇੱਥੇ ਠੰਡੇ ਠੰਡੇ ਪਾਣੀ ਵਿੱਚ ਮੈਗੀ ਦਾ ਸਵਾਦ ਜਿਹੜਾ ਸਭ ਤੋਂ ਡਿਫਰੈਂਟ ਹੁੰਦਾ ਤਾਂ ਹੀ ਕਰਕੇ ਜ਼ਰੂਰ ਵੇਖੋ ਇਹ ਬੰਦੇ ਬਹੁਤ ਜ਼ਿਆਦਾ ਕੇਅਰਲੈਸ ਆ ਇਹ ਦਿੱਲੀ ਆ ਚੰਡੀਗੜ੍ਹ ਤੋਂ ਬਿਲੋਂਗ ਕਰਦੇ ਆ ਚੰਡੀਗੜ੍ਹ ਵਾਲੇ ਨਹੀਂ ਕੇਅਰਲੈਸ ਆ ਪੂਰੇ ਕੇਅਰਲੈਸ ਅਸੀਂ ਇੱਕ ਛੋਟਾ ਜਿਹਾ ਚੈਲੰਜ ਕਰਨ ਲੱਗੇ ਹਾਂ ਅਸੀਂ ਪਾਣੀ ਦੇ ਵਿੱਚ ਮਤਲਬ ਪੈਰ ਡੁੱਬੋ ਕੇ ਰੱਖਾਂਗੇ ਦੇਖਦੇ ਹਾਂ ਕਿਹੜਾ ਜ਼ਿਆਦਾ ਤੋਂ ਜ਼ਿਆਦਾ ਟਾਈਮ ਮੈਸੇਜ ਡੁੱਬ ਕੇ ਰੱਖਦੇ ਚੱਲ ਬਈ ਓਏ ਪੂਰਾ ਪੂਰਾ ਪੈਰ ਵਿੱਚ ਹੋਣਾ ਚਾਹੀਦਾ 1 2 3 ਫੀਲ ਜਿਹਾ ਇੰਨਾ ਹੋ ਨਹੀਂ ਰਿਹਾ ਹੈਗਾ ਆਹ ਬਾਈ ਨੂੰ ਤਾਂ ਹੁਣ ਲੱਗ ਗਿਆ ਉਹ ਪੈਰ ਵੱਡੇ ਜਾਣ ਵਾਲਾ ਕੰਮ ਹੋ ਗਿਆ ਹੁਣ ਪੈਰ ਵੇਖੋ ਕਿੱਦਾਂ ਫੁੱਲ ਹੋਈ ਜਾਂਦੇ ਆ ਨਹੀਂ ਹੁਣ ਫਰਕ ਨਹੀਂ ਪੈਂਦਾ ਸਟਾਰਟਿੰਗ ਵਿੱਚ ਪਹਿਲਾਂ ਲੱਗਦਾ ਸੀ ਠੰਡਾ ਹੁਣ ਠੰਡਾ ਨਹੀਂ ਲੱਗਦਾ ਹੁਣ ਜਿੰਨਾ ਚਿਰ ਮਰਜ਼ੀ ਰੱਖ ਲਓ ਉਹ ਪ੍ਰਾਹੁਣੇ ਸਭ ਤੋਂ ਪਹਿਲਾਂ ਕੱਢ ਲਿਆ ਗਿਆ ਹੁਣ ਤਾਂ ਚਾਹੇ ਘੰਟਾ ਰੱਖ ਲਓ ਕੋਈ ਦਿੱਕਤ ਨਹੀਂ ਮਤਲਬ ਇੱਕ ਵਾਰੀ ਲੱਗਦਾ ਸੀਗਾ ਅਤੇ ਭਾਂਡੇ ਦੇ ਵੀ ਆਨੇ ਬਾਹਰ ਨਿਕਲੇ ਪਏ ਆ ਨਹੀਂ ਹੁਣ ਨਹੀਂ ਹੈਗਾ ਹੁਣ ਕੋਈ ਦਿੱਕਤ ਨਹੀਂ ਹੈਗੀ ਹੈਲੋ ਜੀ ਹੁਣ ਅਸੀਂ ਨਿਕਲਣ ਲੱਗੇ ਹਾਂ ਜੀ ਇੱਥੋਂ ਸੋਨਮਾਰਗ 'ਚੋਂ ਅਤੇ ਆ ਉਹ ਜਗ੍ਹਾ ਜਿਹੜੀ ਸੀਗੀ ਅਤੇ ਅਸੀਂ ਇੱਥੇ ਅੱਜ ਕਾਫੀ ਇੰਜੋਏ ਕੀਤਾ ਤੋਰਾ ਫੇਰਾ ਕੀਤਾ ਹੋਰਸ ਰਾਈਡਿੰਗ ਕੀਤੀ ਹੋਰਸ ਰਾਈਡਿੰਗ ਨਹੀਂ ਉਹ ਖੱਚਰ ਰਾਈਡਿੰਗ ਸੀਗੀ ਪਰ ਕਈਆਂ ਨੂੰ ਪਤਾ ਨਹੀਂ ਵੀ ਹੋਰਸ ਸੀਗਾ ਕਿ ਖੱਚਰ ਅਤੇ ਦੂਸਰੀ ਗੱਲ ਹੈ ਕਿ ਇਹਨਾਂ ਦਾ ਕੈਰੀਅਰ ਜਿਹੜਾ ਟੁੱਟ ਗਿਆ ਉਹ ਹੁਣ ਬੰਨੀ ਇਹਨੇ ਅਤੇ ਬਸ ਇੱਥੋਂ ਨਿਕਲਦੇ ਹਾਂ ਸ਼੍ਰੀਨਗਰ ਵਾਸਤੇ ਅਤੇ ਜਾ ਕੇ ਸ਼੍ਰੀਨਗਰ ਵੇਖਦੇ ਹਾਂ ਕਿੱਥੇ ਰਹਿੰਦੇ ਹਾਂ ਕੀ ਕਰਦੇ ਕਿਵੇਂ ਕਰਦੇ ਹਾਂ